ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਲੱਖਾਂ ਲੋਕਾਂ ਦੀ ਤੇ ਤੁਸੀਂ ਕਿਵੇਂ ਸੋਚ ਸਕਦੇ ਹੋ ਵੀ ਤੁਸੀਂ ਗਾਣੇ ਗਾਉਂਦੇ ਫਿਰੋਗੇ ਗੀਤ ਮੇਰਾ ਪ੍ਰੋਫੈਸ਼ਨ ਹੈ ਜੀ ਉਹ ਮੈਂ ਕਿਉਂ ਛੱਡੂੰਗਾ ਹਾਂ ਜੇ ਮੈਨੂੰ ਜੇ ਉਹ ਮੈਂ ਆਪਦਾ ਪ੍ਰੋਫੈਸ਼ਨ ਛੱਡੂ ਫਿਰ ਮੈਨੂੰ ਪੋਲਿਟਿਕਸ ਨੂੰ ਪ੍ਰੋਫੈਸ਼ਨ ਬਣਾਉਣਾ ਪਊ ਮੈਂ ਤਾਂ ਚਾਹੁੰਦਾ ਵੀ ਪੋਲਿਟਿਕਸ ਇੱਕ ਸਮਾਜ ਸੇਵਾ ਰੱਖਾਂ ਮੈਨੂੰ ਸਮਾਜ ਸੇਵਾ ਵਾਂਗੂ ਕਰਿਆ ਜਾਵੇ ਅੱਜ ਜਿਹੜੇ ਜਿੰਨੇ ਆਏ ਨੇ ਉਹਨਾਂ ਨੂੰ ਪੁੱਛ ਲਓ ਸਭ ਕਹਿੰਦੇ ਗਾਵਾਂਗੇ ਮੈਂ ਘਰ ਤਾਂ ਪੱਲਣਾ ਹੀ ਆ ਫਿਰ ਮੈਨੂੰ ਗ੍ਰਾਂਟਾਂ ਜੋ ਖਾਣੇ ਪੈਣਗੇ ਸੋ ਭਾਈ ਮੈਂ ਤਾਂ ਆਪਦਾ ਪ੍ਰੋਫੈਸ਼ਨ ਨਹੀਂ ਛੱਡ ਰਿਹਾ ਬਿਲਕੁਲ ਨਹੀਂ ਛੱਡੂੰਗਾ ਮੈਨੂੰ ਲੋਕ ਪ੍ਰੋਫੈਸ਼ਨ ਕਰਕੇ ਜਾਣਦੇ ਨੇ ਮੈਂ ਉਹ ਕਿਉਂ ਛੱਡੂੰਗਾ ਗਾਇਕੀ ਚ ਕਈ ਲੋਕਾਂ ਨੇ ਬਹੁਤ ਪਸੰਦ ਕੀਤਾ ਡੇਢ ਸਾਲ ਪਹਿਲਾਂ ਛੱਡ ਕੇ ਗਾਇਕੀ ਇੱਧਰ ਆਈਆਂ ਬੋਲ ਕੇ ਪਹਿਲੇ ਦਿਨ ਕਿ ਜ਼ਿੰਦਗੀ ਦੁਬਾਰਾ ਕਮਰਸ਼ੀਅਲ ਗਾਣਾ ਨਹੀਂ ਗਾਉਂਗੀ ਜੀ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਉਹਦੇ ਬਾਰੇ ਗੱਲਾਂ ਟਾਈਮ ਵੇਸਟ ਨਹੀਂ ਕਰਨਾ ਪਤੇ ਅਸੀਂ ਤਾਂ ਕੋਈ ਬੰਦਾ ਇੱਥੇ ਹਾਰਨ ਖਾਤਰ ਨਹੀਂ ਹੁੰਦਾ ਅਸੀਂ ਜਿੱਤਣ ਖਾਤਰ ਆਏ ਹਾਂ ਤੇ ਜਿੱਤਾਂਗੇ ਜ਼ਰੂਰ ਤੁਹਾਡੇ ਫੈਨਸ ਲਈ ਵੀ ਇਹ ਸਵਾਲ ਹੋਏਗਾ ਜਾਂ ਜਿਹੜੇ ਲੋਕ ਤੁਹਾਨੂੰ ਜਿਤਾਣਗੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਣੀਆਂ ਮੇਰਾ ਅਨਮੋਲ ਗੰਗਨਮਾਨ ਉਹਨਾਂ ਨਾਲ ਵੀ ਇੰਟਰਵਿਊ ਹੋਇਆ ਤੁਹਾਡੇ ਵਾਂਗੂ ਵੀ ਸਿਆਸੀ ਜੰਗ ਲੜ ਰਹੇ ਕਹਿੰਦੇ ਜੇ ਆਪਾਂ ਲੀਡਰ ਬਣ ਗਏ ਤੇ ਗੀਤਾਂ ਗੁੱਤਾਂ ਨੂੰ ਛੱਡ ਦੇਣਾ ਚਾਹੀਦਾ ਤੁਹਾਡੇ ਵੱਲੋਂ ਵੀ ਕਹਿੰਦੇ ਸੀਗੇ ਫਿਰ ਕਹਿੰਦੇ ਜੇ ਮੈਂ ਲੀਡਰ ਕਹਿੰਦੇ ਲੀਡਰ ਬਣ ਜਾਣ ਤੇ ਗੀਤ ਗਾਣੇ ਛੱਡ ਦੇਣ ਸਿੱਧੂ ਮੂਸੇਵਾਲੇ ਦੇ ਫੈਨਸ ਜਾਂ ਜੇ ਤੁਸੀਂ MLA ਬਣ ਗਏ ਉਸ ਤੋਂ ਬਾਅਦ ਗੀਤ ਗਾਉਂਦੇ ਰਹੋਗੇ ਤੁਹਾਡੇ ਅਖਾੜੇ ਲੱਗਦੇ ਰਹਿਣਗੇ ਲੋਕਾਂ ਲਈ ਕੀ ਕਰੋਗੇ ਕਿ ਤੁਹਾਡਾ ਅੱਗੇ ਕਮਰਸ਼ਲੀ ਤੁਹਾਡਾ ਅੱਗੇ ਮੂਵ ਕੀ ਹੋਏਗਾ ਓਬਵੀਅਸ ਗੱਲ ਹੈ ਜੀ ਗੀਤ ਮੇਰਾ ਪ੍ਰੋਫੈਸ਼ਨ ਹੈ ਜੀ ਉਹ ਮੈਂ ਕਿਉਂ ਛੱਡੂੰਗਾ ਹਾਂ ਜੇ ਮੈਨੂੰ ਜੇ ਉਹ ਮੈਂ ਆਪਦਾ ਪ੍ਰੋਫੈਸ਼ਨ ਛੱਡੂ ਫਿਰ ਮੈਨੂੰ ਪੋਲਿਟਿਕਸ ਨੂੰ ਪ੍ਰੋਫੈਸ਼ਨ ਬਣਾਉਣਾ ਪਊ ਮੈਂ ਤਾਂ ਚਾਹੁੰਦਾ ਵੀ ਪੋਲਿਟਿਕਸ ਇੱਕ ਸਮਾਜ ਸੇਵਾ ਰੱਖਾਂ ਮੈਨੂੰ ਸਮਾਜ ਸੇਵਾ ਵਾਂਗੂ ਕਰਿਆ ਜਾਵੇ ਜੇ ਮੈਨੂੰ ਹੁਣ ਮੈਂ ਉਧਰੋਂ ਆਪਦੇ ਪੈਸੇ ਮੈਂ ਘਰ ਤਾਂ ਪੱਲਣਾ ਹੀ ਆ ਫਿਰ ਮੈਨੂੰ ਗ੍ਰਾਂਟਾਂ ਜੋ ਖਾਣੇ ਪੈਣਗੇ ਸੋ ਭਾਈ ਮੈਂ ਤਾਂ ਆਪਦਾ ਪ੍ਰੋਫੈਸ਼ਨ ਨਹੀਂ ਛੱਡ ਰਿਹਾ ਬਿਲਕੁਲ ਨਹੀਂ ਛੱਡੂੰਗਾ ਮੈਨੂੰ ਲੋਕ ਪ੍ਰੋਫੈਸ਼ਨ ਕਰਕੇ ਜਾਣਦੇ ਨੇ ਮੈਂ ਉਹ ਕਿਉਂ ਛੱਡੂੰਗਾ ਨਾਲ ਨਾਲ ਦੋਵੇਂ ਕੰਮ ਚੱਲੀ ਜਾਣਗੇ ਜੇ ਲੋਕ ਚੋਣ ਵੀ ਦਿੰਦੇ ਨੇ ਅੱਛਾ ਜੇ ਲੋਕ ਹਾਰ ਜਿੱਤ ਦੋਵੇਂ ਚੀਜ਼ਾਂ ਹੁੰਦੀਆਂ ਨੇ ਜੇ ਜਿੱਤ ਨਾ ਵੀ ਮਿਲੀ ਹਾਰ ਮਿਲਦੀ ਤਾਂ ਫਿਰ ਸਿੱਧੂ ਮੂਸੇਵਾਲਾ ਪੋਲਿਟਿਕਸ ਦੇ ਵਿੱਚ ਐਕਟਿਵ ਰਹਿਣਗੇ ਇਹ ਔਨ ਰਿਕਾਰਡ ਸਾਨੂੰ ਦੱਸ ਕੇ ਜਾਓਗੇ ਤਾਂ ਕਿ ਲੋਕ ਤੁਹਾਨੂੰ ਬਾਅਦ 'ਚੋਂ ਵੀ ਆ ਕੇ ਕੰਮ ਕਰਾਉਂਦੇ ਰਹਿਣ ਜਿਵੇਂ ਲੀਡਰਾਂ ਦੇ ਕੋਲ ਜਾ ਕੇ ਲੋਕ ਕੰਮ ਕਰਾਉਂਦੇ ਰਹਿੰਦੇ ਫਿਰ ਉਹ ਇਹ ਨਹੀਂ ਹੋਏਗਾ ਕਿ ਸੈਲੀਬ੍ਰਿਟੀ ਹੋ ਗਏ ਜੀ ਹੁਣ ਸੈਲੀਬ੍ਰਿਟੀ ਨੂੰ ਮਿਲਣਾ ਬੜਾ ਔਖਾ ਹੋ ਜਾਊਗਾ ਪਤਾ ਗੱਲ ਕੀ ਹੈ ਜਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਉਹਦੇ ਬਾਰੇ ਗੱਲਾਂ ਟਾਈਮ ਵੇਸਟ ਨਹੀਂ ਕਰਨਾ ਪਤੇ ਅਸੀਂ ਤਾਂ ਕੋਈ ਬੰਦਾ ਇੱਥੇ ਹਾਰਨ ਖਾਤਰ ਨਹੀਂ ਹੁੰਦਾ ਅਸੀਂ ਜਿੱਤਣ ਖਾਤਰ ਆਏ ਹਾਂ ਤੇ ਜਿੱਤਾਂਗੇ ਜ਼ਰੂਰ ਹੈ ਨਾ ਬਾਕੀ ਅਸੀਂ ਲੋਕਾਂ ਲਈ ਪਹਿਲਾਂ ਵੀ ਖੜੇ ਸੀ ਬਾਈ ਹੁਣ ਵੀ ਖੜੇ ਰਵਾਂਗੇ ਅੱਗੇ ਵੀ ਖੜਾਂਗੇ ਹੋਰ ਮੈਂ 2 ਮਿੰਟ ਹੋਰ ਲਵਾਂਗਾ ਬੜੀ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਸਿੱਧੂ ਸਾਹਿਬ ਬਾਰ ਬਾਰ ਤੁਹਾਨੂੰ ਇਹ ਸਵਾਲ ਹੁੰਦਾ ਰਾਜਨੀਤੀ 'ਚ ਆਉਣ ਦਾ ਕਾਰਨ ਕੀ ਬਣਿਆ ਕਿਉਂ ਤੁਸੀਂ ਕਾਂਗਰਸ ਪਾਰਟੀ ਹੀ ਚੁਣੀ ਚਰਚਾਵਾਂ ਚੱਲਦੀਆਂ ਸੀ ਕਹਿੰਦੇ ਰਾਜਾ ਵੜਿੰਗ ਨੇ ਤੁਹਾਨੂੰ ਜਿਹੜਾ ਆਰਮਸ ਐਕਟ ਵਾਲਾ ਪਰਚਾ ਸੀਗਾ ਉਹਦੇ ਵਿੱਚ ਬੜੀ ਮਦਦ ਕੀਤੀ ਤਾਂ ਸਿੱਧੂ ਮੂਸੇਵਾਲਾ ਰਾਜਨੀਤੀ ਦੇ ਵਿੱਚ ਆਉਂਦੇ ਰਾਜਾ ਵੜਿੰਗ ਲੈ ਕੇ ਆਉਂਦੇ ਨੇ ਮਜਬੂਰੀ ਤਾਂ ਨਹੀਂ ਸੀਗੀ ਜਾਂ ਆਪ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਏ ਉਹ ਪਰਚਾ ਮੁੱਕਿਆ ਤਾਂ ਇਹ ਨਹੀਂ ਹਜੇ ਚੱਲੀ ਜਾਂਦਾ ਨਾ ਜੇ ਤਾਂ ਮਦ ਕਰੀ ਹੁੰਦੀ ਤਾਂ ਉਹ ਮੁੱਕ ਜਾਂਦਾ ਮੈਂ ਪਰਚੇ 'ਚੋਂ ਨਿਕਲ ਜਾਂਦਾ ਪਰਚਾ ਤਾਂ ਹਜੇ ਵੀ ਚੱਲੀ ਜਾਂਦਾ ਸੋ ਇਹ ਐਵੇਂ ਗੱਲਾਂ ਨੇ ਬਕਵਾਸ ਗੱਲਾਂ ਨੇ ਵੀ ਆਪਾਂ ਐਵੇਂ ਕਹੀ ਜਾਈਏ ਮੈਂ ਪਾਰਟੀ ਤਾਂ ਜੁਆਇਨ ਕਰੀ ਹੈ ਕਿਉਂਕਿ ਸਾਡੇ ਪਹਿਲਾਂ ਦਾ ਵੀ ਪਰਿਵਾਰ ਇੱਧਰ ਸ਼ਾਮਿਲ ਸੀ ਅਤੇ ਬਾਕੀ ਦੂਜੀ ਗੱਲ ਇਹ ਹੈ ਵੀ ਹਰੇਕ ਦੀ ਆਪਣੀ ਇੰਡੀਵਿਜੁਅਲਿਟੀ ਹੈ ਠੀਕ ਹੈ ਮੈਂ ਪਾਰਟੀ ਤਾਂ ਜੁਆਇਨ ਕਰੀ ਹੈ ਵੀ ਕਿਉਂਕਿ ਇਹਨਾਂ ਨੇ ਜਿੰਨੇ ਵੀ ਦੇਸ਼ ਦੇ ਮੋਹਰੇ ਦਿੱਤੇ ਸਿੱਖ ਦਿੱਤੇ ਠੀਕ ਹੈ ਨਾ ਦੂਜੀ ਗੱਲ ਇਹ ਵੀ ਹੈ ਵੀ ਯਾਰ ਮੈਨੂੰ ਕੋਈ ਨਾ ਕੋਈ ਤੁਹਾਡਾ ਤਾਂ ਜੁਆਇਨ ਕਰਨਾ ਪੈਣਾ ਸੀ ਪਰ ਇਹਨਾਂ ਸਾਰਿਆਂ ਨਾਲ ਤਾਂ ਇਹ ਚੰਗੇ ਨੇ ਹੈ ਨਾ ਜਿਵੇਂ ਚਰਨਜੀਤ ਸਿੰਘ ਚੰਨੀ ਦਾ ਨਾਮ ਦਾ ਐਲਾਨ ਹੋ ਗਿਆ ਖੁਸ਼ ਹੋ ਤੁਸੀਂ ਵਧੀਆ ਕੰਮ ਵਧੀਆ ਅਸੀਂ ਤਾਂ ਸਤਿਕਾਰ ਕਰਦੇ ਹਾਂ ਸੀ ਐਮ ਫੇਸ ਜੀ ਅਲੀਸ਼ਾ ਬੇਗਮ ਨਾ ਕੋਈ ਚੁਣੌਤੀ ਨਾ ਕੋਈ ਇਨਾਮ ਸਿਰਫ ਕੰਮ ਨੂੰ ਸਲਾਮ ਵਸ਼ੀਕਰਨ ਕਰਵਾਉਣਾ ਹੋਵੇ ਜਾਂ ਤੁੜਵਾਉਣਾ ਹੋਵੇ ਪਿਆਰ ਵਿੱਚ ਧੋਖਾ ਵਿਆਹ ਲਈ ਮਾਂ ਬਾਪ ਦਾ ਨਾਮ ਮੰਨਣਾ ਕੰਮ ਉਹੀ ਜੋ ਸਿਰ ਚੜ ਕੇ ਬੋਲੇ ਇੱਧਰ ਉੱਧਰ ਨਾ ਪਟਕੋ ਦੁਆ ਵੀ ਤਕਦੀਰ ਬਦਲ ਸਕਦੀ ਹੈ ਸੋਚਣ ਨਾਲ ਨਹੀਂ ਫੋਨ ਕਰਨ ਨਾਲ ਦੁੱਖ ਦੂਰ ਹੋਵੇਗਾ ਝੂਠੇ ਅਤੇ ਮਿੱਠੇ ਬਣ ਕੇ ਲੁੱਟਣ ਵਾਲਿਆਂ ਤੋਂ ਸਾਵਧਾਨ ਹਰ ਸਮੱਸਿਆ ਦਾ ਹੱਲ 3 ਦਿਨਾਂ ਵਿੱਚ ਕੀਤਾ ਜਾਂਦਾ ਜੇ ਤੁਹਾਡੀ ਕਿਸਮਤ 'ਚ ਲੋਟਰੀ ਹੈ ਤਾਂ ਇਸ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਸੁਪਰ ਸਪੈਸ਼ਲਿਸਟ ਪਤੀ ਅਤੇ ਪਤਨੀ ਵਿਚਕਾਰ ਦਰਾਰ ਪ੍ਰੇਮ ਵਿਆਹ ਨੌਕਰੀ ਕਾਰੋਬਾਰ ਵਿੱਚ ਰੁਕਾਵਟ ਅਦਾਲਤੀ ਕੇਸ ਤਲਾਕ ਦਾ ਕੇਸ ਸੌਂਕਣ ਦੁਸ਼ਮਣ ਤੋਂ ਛੁਟਕਾਰਾ ਪਾਓ ਲੋਟਰੀ ਸੱਟਾ ਨੰਬਰ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਬਿਮਾਰੀ 'ਚ ਦਵਾਈ ਦਾ ਨਾ ਲੱਗਣਾ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚੰਨਪਨ ਜਾਂ ਦੁਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467